policy here since being on this budget for paper releasing first. How can one find love for the guru side when they feel as if they are lost? If they've lost that love, how can they refind it? So, ਜਿਵੇਂ ਜਿਹੜਾ ਹੈ ਪ੍ਰਸ਼ਨ ਹੈ ਨਾ ਦਿਸ ਕੁਐਸਚਨ ਕਿ ਗੁਰਸਿੱਖਾਂ ਨੂੰ ਜਿਵੇਂ ਤੁਸੀਂ ਇਹ ਪੁੱਛੋਗੇ ਉਹਨਾਂ ਦਾ ਆਪਣਾ ਜਵਾਬ ਹੋਗਾ ਲਾਈਕ everybody finds it in a certain way. It's not like one way that you find it, but I'll tell you how I found it. For me, it was first listening to Bhagavad Gita Ji's slokas and hearing about his pain, about his bhakti and trying to call it to Paramatma. So that took a little bit of translation. So I listened to Sant Singh Maskeen Ji do a translation on that. But another way is that listen to the Sakya. But let those Sakya sit and let them simmer. Like there's something that jive apan unnu koi cheez kodli karke thuk di hai oh cheez unne bote ch baithdi nahi na sade waste it sits with us and then jive nagon allah ke naam ki oda rasya pada hunda that sun sakhi man jap pyar te guru maharaj ji di sakhiyan rahi ode vich ki hai pyar hai mera nirol pyar hai te jive hun cham ajo jo pai pai greetings cham stars get somebody to read it to you or jive koi premi sangat karke hai na seeing another Gursikh's prem, then there's a bit more utshah chalda. Ke dekho kinna prem karda Gursikh apne guru nu. Jive hum Baba Biri Chand ne Baba Adli ji nu mile si. Right? Unne bhi unnu prayer sikhi va. So what happens is there's a lot of ways, but you have to find those that love Paramatma, Sangat with them, also listening to Sakhya of Guru Sahib. So Pali Baljeet Singh was this all yeah we marde song the key fal mein da apan apan kandir ye jana bad songs sunne han ji wahi guru ji ka khalsa wahi guru ji ki fateh jehdi sadi jeevan jaan cha sari program sab de vich hagi hai ki karna si ki nahi karna ki karan da ki fal ki karan da maada fal change kam da changa fal ਅਤੇ ਗੁਰਬਾਣੀ ਵਿੱਚ ਇਹ ਗਾਣਿਆਂ ਵਾਸਤੇ ਆਇਆ ਕਿ ਸਾਕਤ ਗੀਤ ਨਾਚ ਧੁਨ ਗਾਵਤ ਬੋਲ ਬੋਲ ਅਜਾਇਬ ਇਹ ਸਾਕਤ ਗੀਤਾਂ ਨੂੰ ਕਹੇ ਜਾਂਦੇ ਆ ਕਿ ਸਾਕਤਾਂ ਦਾ ਕੰਮ ਹੈ ਗੁਰਮੁਖਾਂ ਦਾ ਕੰਮ ਨਹੀਂ ਅਤੇ ਇਹ ਬੋਲ ਇੱਥੇ ਤੱਕ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਇਹ ਮੇਰੇ ਕੰਨਾਂ ਵਿੱਚ ਨਾ ਪੈਣ ਅਤੇ ਮਹਾਰਾਜ ਕੋਲ ਇਹ ਬੇਨਤੀ ਕੀਤੀ ਮਹਾਰਾਜ ਕਾਨਪੁਰ ਕੋਲ ਕਿ ਮਹਾਰਾਜ ਇਹ ਗਾਣਿਆਂ ਦੀ ਆਵਾਜ਼ ਵੀ ਮੇਰੇ ਕੰਨਾਂ ਵਿੱਚ ਨਾ ਪਵੇ ਤਾਂ ਇਹ ਜਿਹੜਾ ਤੁਸੀਂ ਕਿਹਾ ਕਿ ਇਹਦਾ ਮਾੜੇ ਕੀ ਰਿਜ਼ਲਟ ਹੈ ਉਹ ਤਾਂ ਇਹੀ ਹੈ ਕਿ ਤੁਸੀਂ ਦੂਜੇ ਪਾਸੇ ਨੂੰ ਚਲੇ ਜਾਂਦੇ ਹੋ ਜਿਹੜਾ ਦੋ ਰਾਹ ਨੇ ਸੰਸਾਰ ਵਿੱਚ ਇੱਕ ਲਿਵ ਇੱਕ ਤੱਤ ਇੱਕ ਰੱਬ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ ਇੱਕ ਰੱਬ ਤੋਂ ਉਲਟ ਵਾਲੇ ਪਾਸੇ ਲੈ ਕੇ ਜਾਂਦਾ ਹੈ ਅਤੇ ਇਹ ਜਿਹੜੇ ਗੀਤ ਹੈ ਇਹ ਰੱਬ ਤੋਂ ਉਲਟ ਪਾਸੇ ਲੈ ਜਾਂਦੇ ਨੇ ਬੜੇ ਦੂਰ ਹੋ ਜਾਂਦੀ ਹੈ ਸੋ ਫਿਰ ਨੇੜੇ ਆਉਣਾ ਬੜਾ ਔਖਾ ਹੋ ਜਾਂਦਾ ਜਦੋਂ ਤੁਸੀਂ ਦੂਰ ਵਿੱਚ ਪੈ ਜਾਂਦੀ ਹੈ ਇਹਨ ਪੰਚੋਂ ਮੇਰੇ ਮਨ ਚੋਂ ਵਗਾ ਰਿਹੋ ਪਲ ਪਲ ਹਾਜੀ ਅਤੇ ਅੰਤਰ ਪਾ ਰਿਹਾ ਵਾਹਿਗੁਰੂ ਜੀ ਨਾਲ ਅੰਤਰ ਵਿੱਥ ਵੱਧਦੀ ਜਾਂਦੀ ਹੈ ਅਤੇ ਅਸੀਂ ਵੀ ਉਹ ਕੰਮ ਕਰਨੇ ਚਾਹੀਦੇ ਆ ਜਿਨ੍ਹਾਂ ਨਾਲ ਵਿੱਥ ਨਾ ਪਵੇ ਸਗੋਂ ਨੇੜਤਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ How should one improve his or her sangat? How should one improve his or her khalsa? Vaheguru ji ki fateh. Gurbani ch bahut thai sache paatshah ne sikhya ditti hai. Mere madho ji sat sangat mile so kari. ਜਿਸ ਤਰ੍ਹਾਂ ਸਮੁੰਦਰ 'ਚ ਆਪਾਂ ਕਿਸ਼ਤੀ ਲੈ ਕੇ ਤੁਰਦੇ ਹਾਂ ਇਹ ਮਸਾਲਾ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨੇ ਉਸੇ ਤਰ੍ਹਾਂ ਸੰਗਤ 'ਚ ਜਾ ਕੇ ਆਤਮ ਤਰੱਕੀ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਜਿਹਦੇ ਬਾਰੇ ਉਹਦਾ ਇੱਕ ਹੋਰ ਜਿਹੜਾ ਧਿਆਨ ਕਰਨ ਵਾਲੀ ਗੱਲ ਹੈ ਕਿ ਜਦੋਂ ਅਸੀਂ ਸੰਗਤ 'ਚ ਜਾਂਦੇ ਹਾਂ ਇਹ ਤਜਰਬੇ ਦੀ ਗੱਲ ਹੈ ਕਿ ਜਿੱਥੇ ਸਿੰਘ ਬੈਠ ਕੇ ਕੀਰਤਨ ਕਰਦੇ ਨੇ ਉਹ ਜਿਹੜਾ ਇੱਕ ਤਰ੍ਹਾਂ ਦਾ ਨਿਊਕਸ ਪਾਵਰ ਜੀ ਬਣ ਜਾਂਦੀ ਹੈ ਉੱਥੇ ਜੇ ਤੁਸੀਂ ਉੱਥੇ ਬਿਰਤੀ ਲਾ ਕੇ ਨਾਲ ਰਲ ਕੇ ਕੀਰਤਨ ਕਰੋਗੇ ਉਹ ਆਨੰਦ ਹੀ ਕੁਛ ਹੋਰ ਹੈ
ਜਿਹੜਾ ਪਿੱਛੇ ਬੈਠਣਾ ਉਹਦੇ ਨਾਲ ਨੱਥ ਹੋ ਰਿਹਾ, ਇਹ ਹੁਣ ਤੁਹਾਡੇ ਇੱਕ ਮਹਾਰਾਜ ਦੇ ਇੱਕ ਤਰ੍ਹਾਂ ਦੀ ਗਾਈਡਲਾਈਨਸ ਹੈ ਕਿ ਜੇ ਤੁਸੀਂ ਆਤਮ ਆਨੰਦ ਲੈਣਾ, ਚੜ੍ਹਦੀ ਕਲਾ 'ਚ ਜਾਣਾ ਤਾਂ ਸੰਗਤ 'ਚ ਬੈਠੋ, ਕੀਰਤਨ ਸੁਣੋ, ਸੰਗਤ ਦੇ ਨਾਲ ਜਪ ਕੇ ਸਿਮਰਨ ਕਰੋ। ਉਸ ਤੋਂ ਬਾਅਦ ਜਿਹੜਾ ਦਾਸ ਦਾ ਵੀ ਤਜਰਬਾ, 60 ਸਾਲ ਤਾਂ ਦਾਸ ਵੀ ਜਾਂਦੇ ਹੋ ਗਏ ਸੰਗਤ 'ਚ ਰਹਿ ਕੇ, ਤੁਸੀਂ ਸਿੱਖਦੇ ਬਹੁਤ ਕੁਛ ਹੋ, ਜਿਹੜਾ ਇੱਥੇ ਇੱਕ ਦੋ ਦਿਨ 'ਚ ਨਹੀਂ ਸੀ ਸਿੱਖਦੇ। ਸੱਚੀ ਗੱਲ ਤੁਹਾਨੂੰ ਮੈਂ ਦੱਸਾਂ, ਕਿਉਂਕਿ ਮੈਂ ਸੰਗਤ ਨਾਲ ਮਿਲਦੇ ਰਹੀਦਾ, ਉਹ ਦੇਖੀਦਾ ਵੀ ਉਹਨਾਂ ਨੂੰ ਸਿੱਖਣ ਲਈ ਬਹੁਤ ਕੁਛ ਹੈ, ਪਰ ਉਹ ਸੰਗਤ ਜਾ ਕੇ ਮਿਲੂਗਾ। ਜਿਉਂ ਜਿਉਂ ਤੁਸੀਂ ਸੰਗਤ ਨੂੰ ਮਿਲੋਗੇ, ਇਹ ਵੀ ਇੱਕ ਸਿੰਘ ਨੂੰ ਮਿਲਣਾ ਅਤੇ ਤੁਸੀਂ ਉਹਦੇ ਮਗਰ ਲੱਗ ਗਏ, ਜਿੰਨੇ ਤੁਸੀਂ ਸਿੰਘਾਂ ਨੂੰ ਮਿਲੋਗੇ ਉਹਨਾਂ ਦੇ ਅਲੱਗ ਅਲੱਗ ਤਜਰਬੇ ਦਾ ਤੁਹਾਡੇ 'ਤੇ ਅਸਰ ਹੋਊਗਾ, ਤੁਹਾਨੂੰ ਅਲੱਗ ਅਲੱਗ ਗੱਲਾਂ ਦੱਸਣਗੇ। ਇਸੇ ਕਰਕੇ ਜਿਉਂ ਜਿਉਂ ਸਮਾਂ ਬੀਤਦਾ ਹੈ ਤੁਸੀਂ ਸੰਗਤ 'ਤੇ ਜਾਂਦੇ ਹੋ, ਇੱਕ ਹੋਰ ਇਹ ਕੁਦਰਤ ਵੱਲੋਂ ਹੁੰਦਾ, ਤੁਸੀਂ ਜਦੋਂ ਇੱਕ ਸੰਗਤ 'ਚ ਇੱਕ ਵਾਰੀ ਜਾਣ ਲੱਗੇ ਫਿਰ ਤੁਹਾਨੂੰ ਖਿੱਚ ਵੱਧਦੀ ਹੈ, ਫਿਰ ਤੁਹਾਨੂੰ ਰਹਿ ਨਹੀਂ ਹੁੰਦਾ ਘਰੇ। ਸੋ ਇਸ ਕਰਕੇ ਬੇਨਤੀ ਆਪਣੀ ਤਾਂ ਹੈ ਜੀ ਮੇਰੇ ਕੋਲ, ਜੋ ਗੁਰੂ ਸਾਹਿਬ ਨੇ ਇਹੀ ਸਿੱਖਿਆ ਦਿੱਤੀ ਹੈ, ਕਿਤੇ ਕਿਤੇ ਕਿਸੇ ਬਾਣੀ 'ਚ ਸੁਖਮਨੀ ਸਾਹਿਬ 'ਚ ਜਿੱਥੇ ਮਰਜ਼ੀ ਲੈ ਲਓ, ਸੰਗਤ ਦਾ ਹੀ ਮਹੱਤਵ ਸੀ। ਤਾਂ ਨਾਮ ਨਾਲ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਹੁਣ ਦੇਖੋ ਇਹਦੇ ਮਹਾਰਾਜ ਨੇ ਥੋੜ੍ਹਾ ਜਿਹਾ ਚੇਤਾਵਨੀ ਵੀ ਦਿੱਤੀ ਹੈ, ਪਿਆਰ ਨਾਲ ਵੀ ਦੱਸਿਆ। ਸੋ ਇਹ ਗੁਰੂ ਮਹਾਰਾਜ ਦੀ ਸਿੱਖਿਆ, ਪਰ ਉਹਦੇ ਲਈ ਜਿਹੜਾ ਥੰਮ ਕੀ ਹੈ ਕਿ ਤੁਸੀਂ ਜਦੋਂ ਵੀ ਕਿਤੇ ਕੀਰਤਨ ਸਮਾਗਮ ਹੁੰਦਾ ਹੈ ਮਿਸ ਨਾ ਕਰੋ, ਟਾਈਮ ਸਿਰ ਜਾਓ, ਪੂਰਾ ਲਾਹਾ ਲਓ। ਔਰ ਦੂਜੀ ਜਿਹੜੀ ਮੇਰੀ ਆਪਣੀ ਆਬਜ਼ਰਵੇਸ਼ਨ ਹੈ, ਭੋਗ ਪਿਆ ਅਤੇ ਇੱਕਦਮ ਵੈਪੁਰ, ਉਹ ਮੈਂ ਰਹਿਣ ਸੋਈ ਦਾ ਤਜਰਬਾ ਦੱਸਦਾ, ਬਾਅਦ 'ਚ ਕੋਈ ਨਜ਼ਰ ਨਹੀਂ ਆਉਂਦਾ, ਭੱਜਣ ਸਾਰੇ ਭੱਜਣ ਦੀ ਗੱਲ ਹੈ, ਇਹ ਨਾ ਕਰਨਾ ਚਾਹੀਦਾ। ਜਦੋਂ ਕੀਰਤਨ ਹੋ ਚੁੱਕਿਆ ਤੁਹਾਡੀ ਵਸਤਾ ਵੀ ਆਨੰਦਮਈ ਹੁੰਦੀ ਹੈ ਅਤੇ ਅਗਲੇ ਵੀ ਆਨੰਦਮਈ 'ਚ ਹੁੰਦੇ ਨੇ। ਜੇ ਤੁਸੀਂ ਇੱਕ ਸਿੰਘ ਨਾਲ ਵੀ ਕੋਈ ਭਜਨ ਕਰੋਗੇ ਉਹ ਤੁਹਾਨੂੰ ਵੀ ਚੰਗੀ ਗੱਲ ਦੱਸੂਗਾ, ਠੀਕ ਹੈ ਨਹੀਂ। ਜੇ ਤੁਸੀਂ ਇੱਕਦਮ ਘਰ ਨੂੰ ਭੱਜੋਗੇ ਠੀਕ ਹੈ, ਉਹ ਤਾਂ ਠੀਕ ਹੈ, ਪਰ ਜੇ ਸਿੱਖਣ ਦੇ ਲਿਹਾਜ਼ ਨਾਲ ਜਦੋਂ ਰਹਿਣ ਸਫਾਈ ਹੋਈ ਹੈ ਜਾਂ ਹੋਰ ਕੋਈ ਕੀਰਤਨ ਹੋਇਆ, ਨਾਲ ਦੇ ਸਿੰਘਾਂ ਨਾਲ ਬੈਠੋ, ਕੋਈ ਵਿਚਾਰ ਕਰੋ, ਜਿਹੜਾ ਕੀਰਤਨ ਹੋ ਚੁੱਕਿਆ ਕੋਈ ਗੁਰਬਾਣੀ ਦੀ ਤੁਕਾ ਹੈ ਉਹਨੂੰ ਦੱਸੋ ਜੀ ਇਹ ਸ਼ਬਦ ਦਾ ਜਿਹੜਾ ਭਾਵ ਅਰਥ ਕੀ ਹੈ, ਜਿਹੜਾ ਤੁਹਾਨੂੰ ਭਾਵ ਅਰਥ ਨਹੀਂ ਸਮਝ ਆਇਆ ਉਹ ਤੁਹਾਨੂੰ ਦੱਸੂਗਾ। ਇਹ ਜਿਹੜੀ ਸੰਗਤ ਇੱਕ ਦੂਜੇ ਦਾ ਇੱਕ ਤਾਂ ਹੈਲਪਿੰਗ ਹੁੰਦੀ ਹੈ, ਇੱਕ ਦੂਜੇ ਦੀ ਮਦਦ ਕਰਦੇ ਨੇ ਰਲ ਮਿਲ ਕੇ, ਫਿਰ ਇੱਕ ਚੇਨ ਵਰਕ ਬਣ ਜਾਂਦੀ ਹੈ। ਅਤੇ ਉਹਦੇ ਨਾਲ ਕੀ ਹੁੰਦਾ ਵੀ ਜੇ ਤੁਹਾਡੀ ਸਲਾਹ ਨਹੀਂ ਵੀ ਹੈਗੀ ਨਾਲ ਤਾਂ ਪੁੱਛ ਲੈਂਦਾ, ਚਲੋ ਜੀ ਆਪਾਂ ਕੀਰਤਨ 'ਤੇ ਚੱਲੀਏ। ਸੋ ਇਹਦੇ ਮਲਟੀ ਡਿਮੈਂਸ਼ਨਲ ਫਾਇਦੇ ਨੇ, ਜਿਹੜੇ ਹੁਣ 5 ਮਿੰਟ ਤਾਂ ਨਹੀਂ ਦੱਸੇ ਜਾ ਸਕਦੇ, ਪਰ ਜਿੰਨਾ ਕੁ ਸੰਖੇਪ ਦਾਸ ਨੂੰ ਪਤਾ ਸੀਗਾ ਉਹ ਦੱਸਿਆ। ਮੇਰਾ ਆਪਣਾ ਵੀ ਤਜਰਬਾ ਹੈ, ਪੁਰਾਤਨ ਸਮੇਂ ਦੇ ਸਿੰਘਾਂ ਨੂੰ ਮਿਲਦੇ ਹੁੰਦੇ ਸੀ, ਭਾਈ ਫੌਜਾ ਸਿੰਘ ਵੀ ਮਿਲਦੇ ਹੁੰਦੇ ਸੀ, ਸਾਰੇ ਸਿੰਘਾਂ ਨੂੰ ਮਿਲ ਕੇ ਕੋਈ ਨਾ ਕੋਈ ਚੀਜ਼ ਪਤਾ ਲੱਗਦੀ ਸੀ, ਚੜ੍ਹਦੀ ਕਲਾ ਹੁੰਦੀ ਸੀਗੀ। ਉਹ ਫਿਰ ਇੱਕ ਹੋਰ ਚੀਜ਼ ਹੈ ਜਿਹੜੀ ਸੰਘਾਂ ਨੂੰ ਮਿਲ ਕੇ ਤੁਸੀਂ ਪਤਾ ਕਰਦੇ ਹੋ, ਉਹ ਤੁਹਾਡੇ ਹਿਰਦੇ 'ਚ ਵਸੀਆਂ ਹੁੰਦੀਆਂ ਨੇ। ਹੁਣ ਮੈਂ ਸੰਖੇਪ 'ਚ ਇੱਕ ਗੱਲ ਸਾਂਝੀ ਤੁਹਾਡੇ ਨਾਲ ਕਰ ਦਿੰਦਾ, ਸ਼ਹੀਦ ਫੌਜਾ ਸਿੰਘ ਦਾ ਸਾਰੇ ਸੁਣਦੇ ਹੋ, ਠੀਕ ਹੈ। 50 ਸਾਲ ਪਹਿਲਾਂ ਅਸੀਂ ਛੇਹਰਟਾ ਸਾਹਿਬ ਗਏ, ਛੇਹਰਟਾ ਸਾਹਿਬ ਗਏ ਅਤੇ ਨਾਲ ਹੀ ਹੋਰ ਗੁਰਦੁਆਰਾ ਸੀ, ਮੈਨੂੰ ਨਾਮ ਨਹੀਂ ਯਾਦ, ਉਹ ਬਣ ਰਿਹਾ ਸੀਗਾ। ਉਹਦਾ ਨਕਸ਼ਾ ਦੇਖ ਕੇ ਸੁੱਧੇ ਸੁਭਾਗ ਮੇਰੇ ਮੂੰਹ 'ਚੋਂ ਨਿਕਲਿਆ, ਮੈਂ ਕਿਹਾ ਭਾਈ ਸਾਹਿਬ ਆਹ ਤਾਂ ਹਜ਼ੂਰ ਸਾਹਿਬ ਵਰਗਾ ਨਕਸ਼ਾ ਲੱਗਦਾ। ਉਹਨੇ ਭਾਈ ਫੌਜਾ ਸਿੰਘ ਨੇ ਮੁੱਢ ਦੱਤ ਉਹ ਦਲਜੀਸਿਆ, ਇਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ, ਯਾਨੀ ਗੁਰਮੁਖਾਂ ਦੇ ਬਚਨਾਂ ਤੋਂ ਕਈ ਵਾਰੀ ਇੱਕੋ ਹੀ ਬਚਨ ਹੁੰਦਾ, ਜੇ ਤੁਸੀਂ ਯਾਦ ਰੱਖਿਆ ਤੁਹਾਨੂੰ ਸਭ ਕੁਝ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ। ਇੱਕ ਹੋਰ ਗੁਰਮੁਖ ਨੇ ਬਚਨ ਕੀਤਾ ਸੀ, ਇਹ ਜੀ ਹੁਣ ਇਸ ਵੇਲੇ ਮਨੀਸ਼ ਖਾਲਸੇ ਦਾ ਰਾਜ ਹੈ, ਇਹਨਾਂ ਦਾ ਬੋਲਬਾਲਾ ਹੈ, ਪਰ ਇੱਕ ਦਿਨ ਆਊਗਾ ਮਨੀਸ਼ ਖਾਲਸਾ ਖਤਮ ਹੋਊ, ਸੰਤ ਖਾਲਸਾ ਪ੍ਰਗਟ ਹੋਊ। ਹੁਣ ਇਹਦੇ 'ਚ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਧਰ ਇਸ਼ਾਰਾ ਉਹਨਾਂ ਦਾ, ਸਮਝਿਆ ਨਹੀਂ। ਸੋ ਸੰਗਤ 'ਚ ਬਹੁਤ ਮਲਟੀ ਡਿਮੈਂਸ਼ਨ ਫਾਇਦੇ ਆ। ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਸੰਗਤ ਜਾਈ ਜਾਓ, ਜਾਈ ਜਾਓ, ਜਿੰਨਾ ਵੱਧ ਤੋਂ ਜਾਓਗੇ ਤੁਹਾਨੂੰ ਆਪਣੇ ਆਪ ਹੀ ਫਾਇਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵੈਸੇ ਮੈਂ ਜਿਵੇਂ ਦੇਖ ਰਿਹਾ ਸਟੂਡੈਂਟ ਕਮਿਊਨਿਟੀ ਹੈ ਜਾਂ ਪੇਰੈਂਟਸ ਨੇ, ਜੇ ਹੁਣ ਮੈਨੂੰ ਇਜਾਜ਼ਤ ਦਿਉ ਮੈਂ 2 ਮਿੰਟ ਹੋਰ ਇੱਕ ਦੋ ਪੁਆਇੰਟ ਹੋਰ ਆਪਣੇ ਸਾਂਝੇ ਕਰ ਲਵਾਂ ਆਪਣੇ ਤਜਰਬੇ ਦੇ ਬੇਸ 'ਤੇ। ਖਾਸ ਕਰਕੇ ਜਿਹੜੀ ਸਟੂਡੈਂਟ ਕਮਿਊਨਿਟੀ ਹੈ, ਇਹਨਾਂ ਨੇ ਆਪਣਾ ਜੀਵਨ ਬਣਾਉਣਾ ਹੈ, ਕੈਰੀਅਰ ਵੀ ਬਣਾਉਣਾ ਹੈ, ਵਿਆਹ ਵੀ ਕਰਾਉਣਾ, ਸਭ ਕੁਛ ਕਰਾਉਣਾ। ਅਤੇ ਇੱਕ ਤਾਂ ਇਹ ਮੇਰਾ ਆਪਣਾ ਤਜਰਬੇ ਨਾਲ ਮੈਂ ਦੱਸ ਰਿਹਾ, ਮੈਂ ਇਹਦੀ ਗਰੰਟੀ ਵੀ ਨਹੀਂ ਦਿੰਦਾ ਵੀ ਮੈਂ ਬਿਲਕੁਲ ਠੀਕ ਹਾਂ। ਇੱਕ ਤਾਂ ਪੜ੍ਹਾਈ ਜਿਹੜੀ ਤੁਸੀਂ ਪੜ੍ਹਦੇ ਹੋ
ਥੋੜ੍ਹਾ ਜਿਹਾ ਧਿਆਨ ਰੱਖੋ ਕਿ ਤੁਸੀਂ ਕਿਹੜੇ ਸਬਜੈਕਟ 'ਚ ਤੁਹਾਡਾ ਗ੍ਰੇਡ ਚੰਗਾ ਆਉਂਦਾ ਹੈ, ਕਿਹੜਾ ਸਬਜੈਕਟ ਤੁਹਾਨੂੰ ਚੰਗਾ ਲੱਗਦਾ। ਇਹ ਦੋ ਚੀਜ਼ਾਂ ਯਾਦ ਰੱਖਣ ਦੀ ਲੋੜ ਹੈ। ਇਹਦੇ ਬੇਸ 'ਤੇ ਫਿਰ ਤੁਸੀਂ ਆਪਣੀ ਸਟੱਡੀ ਪਰਸੂ ਕਰ ਸਕਦੇ ਹੋ, ਕਿਉਂਕਿ ਮੈਂ ਕਈ ਵਾਰ ਦੇਖੇ ਨੇ ਫਿਰ ਬੱਚੇ ਉਜੜ ਜਾਂਦੇ ਨੇ, ਪਤਾ ਨਹੀਂ ਲੱਗਦਾ, ਕਨਫਿਊਜ਼ ਹੋ ਜਾਂਦੇ ਨੇ। ਇਹ ਚੀਜ਼ਾਂ ਸੰਸਾਰਕ ਚੀਜ਼ਾਂ ਨੇ, ਪਰ ਇਹ ਤੁਹਾਨੂੰ ਸਪਿਰਚੁਅਲ ਪੁਆਇੰਟ 'ਤੇ ਹੈਲਪ ਕਰਦੀਆਂ ਨੇ। ਅਤੇ ਜਿਹੜੀ ਜੋਬ ਲੈਣੀ ਹੈ, ਇਹ ਨਹੀਂ ਵੀ ਤੁਸੀਂ ਜੇ ਚੰਗੀ ਜੋਬ ਮਿਲਦੀ ਹੈ 500 ਮੀਲ ਦੂਰ ਚਲੇ ਜਾਓ ਅਤੇ ਤੁਹਾਨੂੰ ਸੰਗਤ ਤਰ੍ਹਾਂ ਮਿਲੇ। ਫਸਟ ਪ੍ਰੈਫਰੈਂਸ ਰੱਖੋ ਕਿ ਸੰਗਤ ਦੇ ਤੁਸੀਂ ਨੇੜੇ ਹੋ, ਪੈਸੇ ਘੱਟ ਹੋਣ ਕੋਈ ਗੱਲ ਨਹੀਂ, ਮਿਹਨਤ ਕਰਨੀ ਹੈ ਜੋ ਮਰਜ਼ੀ ਕਰੋ, ਕਿਉਂਕਿ ਦਾਸ ਨੇ ਬਹੁਤ ਜਗ੍ਹਾ ਨੌਕਰੀ ਕੀਤੀ ਹੈ ਅਮੈਰੀਕਾ 'ਚ, ਅਤੇ ਮੈਂ ਆਪਣੇ ਤਜਰਬੇ ਦੇ ਬੇਸ 'ਤੇ ਦੱਸਿਆ ਵੀ ਕਈ ਥਾਵਾਂ 'ਤੇ ਸੰਗਤ ਨਹੀਂ ਮਿਲਦੀ, ਕੀ ਹਾਲ ਹੁੰਦਾ, ਠੀਕ ਹੈ ਜੀ। ਸੋ ਇਹ ਇੰਨੀ ਕਿ ਕਿਰਪਾ ਧਿਆਨ ਰੱਖਣ ਦੀ ਲੋੜ ਹੈ। ਇੱਕ ਹੋਰ ਜਿਹੜਾ ਕੌਮਨ ਹੈਗਾ, ਸਾਰਿਆਂ ਦੇ ਬੂਰੇ ਵੀ ਆਉਂਦਾ, ਉਹ ਹੈਗਾ ਮੈਰਿਜ ਦਾ। ਹੁਣ ਦੁੱਖ ਦੀ ਗੱਲ ਹੈ ਕਿ ਜਥੇ 'ਚ ਵੀ ਮੈਰਿਜ ਦੇ ਡਿਵੋਰਸ ਹੋਣ ਲੱਗ ਗਏ ਨੇ। ਸੋ ਇਹ ਬੜਾ ਇੱਕ ਸੀਰੀਅਸ ਮੈਟਰ ਹੈ, ਇਹਨੂੰ ਬੜੇ ਸੋਚ ਸਮਝ ਕੇ ਕਰਨ ਦੀ ਲੋੜ ਹੈ ਕਿ ਮੈਰਿਜ ਬਾਰੇ ਫਸਟ ਪ੍ਰਾਇਓਰਟੀ ਦਾ ਰੱਖਣੀ ਹੈ, ਪੰਜਾਂ ਪਿਆਰਿਆਂ ਦਾ ਕੀ ਹੁਕਮ ਹੈ, ਉਹਦੇ ਮੁਤਾਬਕ ਫਿਰ ਤੁਸੀਂ ਅੱਗੇ ਕਰਨਾ। ਅਤੇ ਬਾਕੀ ਹੈ ਤਾਂ ਅਫਸੋਸ ਵਾਲੀ ਗੱਲ, ਇਹਦਾ ਹੁਣ ਸਲੂਸ਼ਨ ਤਾਂ ਹੈ ਨਹੀਂ ਜਥੇ 'ਚ ਵੀ ਇਹ ਚੀਜ਼ਾਂ ਹੋ ਰਹੀਆਂ ਨੇ। ਇਹਦੇ ਬਾਰੇ ਤਾਂ ਬੈਠ ਕੇ ਜਿਵੇਂ ਕਹਿੰਦੇ ਆ ਬ੍ਰੇਨ ਸਟੋਰਮਿੰਗ ਕਰਨ ਦੀ ਲੋੜ ਹੈ, ਪੇਰੈਂਟਸ ਨੂੰ ਵੀ ਅਤੇ ਦੂਜੇ ਪਾਸੇ ਨੂੰ ਵੀ, ਤਾਂ ਜੋ ਜਿਹੜਾ ਗ੍ਰਸਤ ਹੈ ਉਹ ਸਕਸੈਸਫੁਲ ਹੋਵੇ, ਤਾਂ ਜੋ ਲੜਾਈ ਝਗੜੇ ਮਨ ਦੀਆਂ ਸ਼ਾਂਤੀਆਂ ਦੂਰ ਹੋਣ। ਫਿਰ ਇਸ ਤੋਂ ਬਾਅਦ ਫਿਰ ਜਿੰਨਾ ਤੁਸੀਂ ਸੰਗਤ 'ਚ ਜਾਓਗੇ, ਪੀਸਫੁਲੀ ਜਾਓਗੇ, ਐਜ਼ ਏ ਫੈਮਿਲੀ ਜਾਓਗੇ, ਉਹਨਾਂ ਤੁਹਾਨੂੰ ਜ਼ਿਆਦਾ ਆਤਮ ਆਨੰਦ ਆਊਗਾ। ਜਥੇ 'ਚ ਵੀ ਮਿਲ ਕੇ ਤੁਸੀਂ ਜੇ ਪਰਿਵਾਰਕ ਤੌਰ 'ਤੇ ਮਿਲੋ ਜਲੋਗੇ, ਤੁਹਾਨੂੰ ਸਾਰੇ ਸਿੰਘ ਸਿੰਘਣੀਆਂ ਕੋਈ ਨਾ ਕੋਈ ਤੁਹਾਨੂੰ ਚੰਗੀ ਸਲਾਹ ਦੇਣ, ਕਿਉਂਕਿ ਪਰਿਵਾਰ ਦੀ ਤਰ੍ਹਾਂ ਹੈਗੇ ਆ, ਠੀਕ ਹੈ ਨਹੀਂ। ਹੋਰ ਥਾਵਾਂ 'ਤੇ ਕੀ ਹੁੰਦਾ, ਸੰਗਤ ਜ਼ਰੂਰ ਹੈ, ਆਏ ਤਾਂ ਬਾਅਦ 'ਚ ਕਿਉਂਕਿ ਕਿਸੇ ਦਾ ਕੋਈ ਕਨੈਕਸ਼ਨ ਨਹੀਂ ਰਹਿੰਦਾ। ਜਥੇ 'ਚ ਜਿੱਥੇ ਮੈਂ ਦਾਸ ਨੇ ਦੇਖਿਆ, ਇੱਕ ਤਰ੍ਹਾਂ ਦਾ ਪਰਿਵਾਰ ਦੇ ਤੌਰ 'ਤੇ ਜਥੇ ਵਾਲੇ ਸਿੰਘਾਂ ਦਾ ਇੱਕ ਦੂਜੇ ਨਾਲ ਮੇਲ ਮਿਲਾਪ ਹੁੰਦਾ, ਸਾਰੇ ਆਪਣੇ ਆਪ ਨੂੰ ਇੱਕ ਦੂਜੇ ਦੇ ਦੁੱਖ ਤਕਰੀਬ ਸਾਂਝੇ ਕਰਦੇ ਨੇ, ਅਤੇ ਉਹਦੇ ਨਾਲ ਬੜੀ ਹੈਲਪ ਹੁੰਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੀ ਹਾਂ, ਮੈਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗਾ, ਪਰ ਇਹ ਵੀ ਮੇਰੇ ਮਨ 'ਚ ਸੀਗਾ ਵੀ ਜਿਹੜੀ ਸਟੂਡੈਂਟ ਕਮਿਊਨਿਟੀ ਆ, ਥੋੜ੍ਹਾ ਜਿਹਾ ਉਹਨੂੰ ਗਾਈਡ ਕਰਨਾ ਚਾਹੀਦਾ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So for Bhai Pradeep Singh, what is the, when the Pankti Puram Jami Ke Mere Sundogi, what does that mean? Does it mean that the people we see in our lives, they are our Puram Jami Sundogi? So Puram means like, Puram Jami means like your previous lives. So according to your previous lives, what happens is that your karmas, and then according to that, you get your parents, you get children. It's all weaved through this fabric of karmas. So that's pretty much what it means. Purv janm ke mere sanjogi. It's according to whatever. Sometimes there's good sanjog. Sanjog vi jog doi paar chala gaye, right? The world is through separation and union. Right? Some things are good when you unite with it, with just sangat, good sangat, and breaking away from bad sangat. These are all because of previous jams, karms. I remember when I said those karms that you do, if they're in line with what Guru Maharaj Ji is doing, then karm becomes kirpa, right? And that kirpa is that you get a lot of people around you right from the get-go, meaning that right from your start of your life, that you have parents that are in Sikhi, you have friends that will be insecure. But it doesn't mean that it can't be changed, right? Remember, this is all Gurka Sabd Karpe Kod Karam. Guru Maharaj's Shab can cut away so many karms, so things can change. Remember, the Kalam is in the Creator's hand. He can change it in whatever fashion he wishes. Right? The biggest thing is that Ardas. ਇਹਦੇ ਵਿੱਚ ਇੱਕ ਤੁਕ ਸੱਚੇ ਪਾਤਸ਼ਾਹ ਦੀ ਆਉਂਦੀ, ਆਪਾਂ ਪੜ੍ਹਦੇ ਵੀ ਹਾਂ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਚਾਰੇ। ਠੀਕ ਹੈ, ਹੁਣ ਪਿਛਲੇ ਜਨਮਾਂ ਦੇ ਕਰਮ ਤਾਂ ਆਪਾਂ ਭੋਗਦੇ ਹਾਂ, ਪਰ ਆਪਾਂ ਨੇ ਅੱਗੇ ਲਈ ਵੀ ਆਪਣਾ ਬਣਾਉਣਾ। ਉਹਦੇ ਲਈ ਇਹ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਵੀ ਇਹੋ ਜਿਹੇ ਗੁਰਮੁਖਾਂ ਦਾ ਸੰਜੋਗ ਕਰੋ
ਜਿੱਤ ਰਸਨਾ ਹਰ ਨਾਮ ਉਚਾਰੇ ਤੇ ਇਹੀ ਹੈ ਵੀ ਗੁਰਸਿੱਖਾਂ ਨਾਲ ਹੀ ਸਾਡਾ ਮੇਲ ਮਿਲਾਪ ਹੋਵੇ, ਸੰਗਤ 'ਚ ਸਾਡਾ ਮਿਲੇ ਹੋਵੇ, ਜਿੱਥੇ ਅਸੀਂ ਬਾਣੀ ਪੜ੍ਹੀਏ ਅਤੇ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਦੇ ਪਾਤਰ ਬਣਨ ਲਈ ਕੀ ਕਰਨਾ ਚਾਹੀਦਾ? ਜਿਹੜੀ ਸਤਿਗੁਰਾਂ ਦੀ ਕਿਰਪਾ ਹੈ ਇਹ ਕਰਵਾਉਂਦੀ ਹੈ ਕਿ ਸਾਰਿਆਂ ਦੇ ਉੱਤੇ, ਕਿਸੇ 'ਤੇ ਥੋੜ੍ਹੀ ਹੈ, ਕਿਸੇ 'ਤੇ ਵੱਧ ਹੈ। ਪਹਿਲੇ ਨੰਬਰ 'ਤੇ ਇੱਕ ਮੈਂ ਛੋਟੀ ਜਿਹੀ ਗੱਲ ਸੁਣਾਉਂਦਾ ਕਿ ਇੱਕ ਗੋਰੀ ਬੀਬੀ ਨੇ ਅੰਮ੍ਰਿਤ ਛਕਿਆ ਤਾਂ ਉਹਦੇ ਕੋਲ ਕਿਸੇ ਨੇ ਕੁਐਸਚਨ ਪੁੱਛਿਆ ਕਿ ਤੁਸੀਂ ਇੰਨੇ ਧਰਮ ਸੀਗੇ ਅਤੇ ਉਹ ਸਾਰੇ ਛੱਡ ਕੇ ਸਿੱਖੀਜ਼ਮ ਨੂੰ ਕਿਉਂ ਅਡੋਪਟ ਕੀਤਾ? ਅਤੇ ਉਸ ਨੇ ਜਿਹੜਾ ਆਂਸਰ ਦਿੱਤਾ ਬੜਾ ਅਮੇਜ਼ਿੰਗ ਸੀਗਾ। ਉਹ ਕਹਿੰਦੀ ਕਿ ਮੈਂ ਅਡੋਪਟ ਨਹੀਂ ਕੀਤਾ, ਗੁਰੂ ਨੇ ਮੈਨੂੰ ਅਡੋਪਟ ਕਰ ਲਿਆ, ਕਿ ਮੈਨੂੰ ਗੁਰੂ ਨੇ ਹੀ ਮੇਰੇ 'ਤੇ ਕਿਰਪਾ ਕਰ ਦਿੱਤੀ। ਤਾਂ ਇਟ ਮੀਨਸ ਇਹ ਹੋਇਆ ਕਿ ਸਾਡੇ 'ਤੇ ਜਿਹੜੀ ਕਿਰਪਾ ਆ ਇਹ ਗੁਰੂ ਨੇ ਕੀਤੀ ਹੋਈ ਆ ਬੜੀ, ਤਾਂ ਜਿਹੜੀ ਹੋਰ ਕਿਰਪਾ ਅਸੀਂ ਲੈਣੀ ਆ ਉਹ ਹੁਕਮ ਮੰਨਿਆ ਹੋਵੇ ਪ੍ਰਭਾ। ਜਿੰਨੇ ਜਿੰਨੇ ਹੁਕਮ ਆਪਾਂ ਨੂੰ ਮਿਲਦੇ ਨੇ ਗੁਰਬਾਣੀ ਵਿੱਚੋਂ, ਜਿੰਨਾ ਜਿੰਨਾ ਮੰਨੀ ਜਾਂਦੇ ਆ ਉੰਨੀ ਉੰਨੀ ਕਿਰਪਾ ਵਧੀ ਜਾਂਦੀ ਹੈ। ਕਿ ਇਹ ਸਿਰਫ ਇਹ ਪ੍ਰੈਕਟੀਕਲ ਹੈਗੀ ਆ, ਇਹ ਆਪਾਂ ਨੂੰ ਆਪ ਕਰਨੀ ਪੈਂਦੀ ਆ। ਅਤੇ ਜਿਹੜੀ ਸਾਨੂੰ ਹੈਗੀ ਆ ਮੁਫਤ ਵਿੱਚ ਮਿਲੀ ਜਾਂ ਕਹਿ ਲਓ ਜਾਂ ਬਲੈਸਿੰਗ ਵਿੱਚ ਮਿਲ ਗਈ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਕੋਈ ਗੁਰਸਿੱਖ ਮਿਲਣ ਆਇਆ ਅਤੇ ਭਾਈ ਸਾਹਿਬ ਜੀ ਨੇ ਉਹਨੂੰ ਜੱਫੀ ਪਾ ਕੇ ਸਿਮਰਨ ਕੀਤਾ। ਜਦੋਂ ਸਿਮਰਨ ਕੀਤਾ ਉਹਨਾਂ ਨੂੰ ਇੰਨਾ ਆਨੰਦ ਆਇਆ, ਇੰਨਾ ਆਨੰਦ ਆਇਆ ਕਿ ਅਮੇਜ਼ਿੰਗ ਆਨੰਦ ਆਇਆ। ਅਤੇ ਉਹ ਚਲੇ ਗਏ। ਜਦੋਂ ਵਾਪਸ ਕੁਝ ਦਿਨਾਂ ਬਾਅਦ ਫਿਰ ਆਏ ਤਾਂ ਫਿਰ ਉਹਨਾਂ ਨੇ ਉਹਨਾਂ ਨੂੰ ਇਹ ਲੱਗਾ ਕਿ ਮੈਂ ਉਹੋ ਜਿਹਾ ਆਨੰਦ ਫਿਰ ਦੁਬਾਰਾ ਲੈਣਾ ਅਤੇ ਮੈਨੂੰ ਭਾਈ ਸਾਹਿਬ ਨੇ ਜਾ ਕੇ ਜੱਫੀ ਪਾਉਣ। ਪਰ ਦੂਜੀ ਵਾਰੀ ਉਹਨਾਂ ਨੇ ਜੱਫੀ ਪਾਈ ਨਹੀਂ ਤਾਂ ਉਹਨਾਂ ਨੇ ਆਪੇ ਹੀ ਕਹਿਤਾ ਭਾਈ ਸਾਹਿਬ ਜੀ ਜਿੱਦਾਂ ਤੁਸੀਂ ਪਹਿਲੀ ਵਾਰੀ ਜੱਫੀ ਪਾਈ ਸੀ ਉੱਦਾਂ ਹੀ ਦੁਬਾਰਾ ਜੱਫੀ ਪਾਓ, ਉਹਦੇ ਵਿੱਚ ਬਹੁਤ ਆਨੰਦ ਸੀ ਮੈਨੂੰ। ਅਤੇ ਉਹ ਭਾਈ ਸਾਹਿਬ ਜੀ ਨੇ ਉਹਨਾਂ ਨੂੰ ਇਹ ਅਨਸਰ ਦਿੱਤਾ ਸੀਗਾ ਕਿ ਜਿਹੜੀ ਪਹਿਲਾਂ ਤੁਹਾਨੂੰ ਆਨੰਦ ਆਇਆ ਉਹ ਅਸੀਂ ਆਪਣੇ ਸਿਮਰਨ ਦੀ ਕਮਾਈ ਵਿੱਚੋਂ ਤੁਹਾਨੂੰ ਦਿੱਤਾ ਸੀ, ਹੁਣ ਜੇ ਤੁਸੀਂ ਉਹ ਆਨੰਦ ਦੁਬਾਰਾ ਲੈਣਾ ਤਾਂ ਤੁਸੀਂ ਉਹਦੇ ਲਈ ਆਪਣੀ ਕਮਾਈ ਆਪ ਕਰੋ। ਇਟ ਮੀਨਸ ਕਿ ਤੁਹਾਡੀ ਜੇ ਤੁਸੀਂ ਕਿਰਪਾ ਲੈਣੀ ਹੈ ਤਾਂ ਤੁਸੀਂ ਆਪਣੀ ਕਮਾਈ ਕਰਨੀ ਪਏਗੀ। ਅਤੇ ਕਈ ਕੁਛ ਚੀਜ਼ਾਂ ਤੁਹਾਨੂੰ ਗੁਰੂ ਘਰੋਂ ਮਿਲ ਜਾਂਦੀਆਂ ਨੇ, ਤੁਸੀਂ ਅੰਮ੍ਰਿਤ ਛਕਦੇ ਹੋ ਤੁਹਾਨੂੰ ਨਾਮ ਮਿਲ ਜਾਂਦਾ ਹੈ, ਉਸ ਵੇਲੇ ਤੁਹਾਨੂੰ ਆਨੰਦ ਬਣ ਜਾਂਦਾ ਹੈ। ਪਰ ਉਸ ਤੋਂ ਅਗਲੀ ਜਿਹੜੀ ਤੁਸੀਂ ਉਸਨੂੰ ਮੇਨਟੇਨ ਰੱਖਣਾ ਹੈ ਉਹਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਹਦੇ ਉੱਤੇ ਮਿਹਨਤ ਕਰੋ, ਉਸ ਜਿਵੇਂ ਜਿਵੇਂ ਹੁਕਮ ਹੈ ਸਤਿਗੁਰ ਦੇ ਉਵੇਂ ਵੀ ਮੰਨੋ, ਉੱਦਾਂ ਉੱਦਾਂ ਹੀ ਕਿਰਪਾ ਵੱਧਦੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Time for one more question. Kind of similar to one of the first questions we asked, but after knowing you're on the wrong path, how can you fix yourself if you figure you're on the wrong path? ਤੁਹਾਨੂੰ ਪਤਾ ਲੱਗ ਗਿਆ ਤੁਸੀਂ ਗਲਤ ਰਸਤੇ ਪੈ ਗਏ ਆ, ਤੁਸੀਂ ਆਪਣੇ ਆਪ ਕਿੱਦਾਂ ਸੁਧਾਰ ਸਕਦੇ ਹੋ? ਉਹ ਦੇਖੋ ਇਹ ਗੁਰਬਾਣੀ ਦੀ ਵੀ ਸਿੱਖਿਆ ਕਿ ਆਪਣੇ ਆਪ ਨੂੰ ਵਿਚਾਰਨ ਦੀ ਲੋੜ ਹੈ। ਜੇ ਲੱਗਦਾ ਵੀ ਮੈਨੂੰ ਕੋਈ ਗਲਤੀ ਹੋ ਰਹੀ ਹੈ ਉਹਦਾ ਜਿਹੜਾ ਜਵਾਬ ਹੈ ਪਹਿਲਾਂ ਤਾਂ ਗੁਰਬਾਣੀ 'ਚ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਗੁਰਬਾਣੀ ਦਾ ਅਭਿਆਸ ਕਰਦੇ ਹੋ। ਜੇ ਇਕੱਲਾ ਜ਼ੁਬਾਨੀ ਜਾਂ ਫਟਾਫਟ ਨਿਤਨੇਮ ਕਰਦੇ ਹਾਂ ਉਹਦਾ ਤੁਹਾਡੇ 'ਤੇ ਅਸਰ ਨਹੀਂ ਹੈ। ਨੌਵੇਂ ਪਾਤਸ਼ਾਹ ਨੇ ਇੱਕ ਥਾਂ ਬੇਨਤੀ ਕੀਤੀ ਹੈ ਨਾ, ਮਨ ਕਰ ਕਬੂ ਨਾ ਹਰ ਗੁਣ ਗਾਏ। ਜੇ ਤੁਸੀਂ ਮਨ ਕਰਕੇ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹੋ, ਦਾਸ ਦਾ ਤਜਰਬਾ ਤਾਂ ਇਹ ਹੈ ਕਿ ਸੁੱਤੇ ਸੁਭਾਅ ਵਿੱਚ ਤੁਹਾਡੇ ਅੰਦਰ ਕੋਈ ਉਹ ਧੁੱਕ ਆ ਜਾਂਦੀ ਹੈ, ਤੁਹਾਨੂੰ ਜਵਾਬ ਮਿਲ ਜਾਂਦਾ। ਅਤੇ ਜੇ ਤੁਹਾਡੇ ਮਨ 'ਚ ਇੱਛਾ ਹੈ ਵੀ ਮੈਂ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ, ਉਹਦੇ ਦੋ ਹੀ ਤਰੀਕੇ ਨੇ, ਗੁਰਬਾਣੀ ਦੀ ਖੋਜ ਵੀ ਕਰੋ ਅਤੇ ਗੁਰਸਿੱਖਾਂ ਦੀ ਸੰਗਤ ਵੀ ਕਰੋ। ਗੁਰਸਿੱਖਾਂ ਦੀ ਸੰਗਤ ਦਾ ਇਹ ਫਾਇਦਾ ਜੋ ਦਾਸ ਦਾ ਤਜਰਬਾ ਹੈ, ਜ਼ਰੂਰੀ ਨਹੀਂ ਵੀ ਤੁਸੀਂ ਗੱਲਾਂ ਬਾਤਾਂ ਹੀ ਕਰੋਗੇ। ਕਈ ਗੁਰਸਿੱਖਾਂ ਕੋਲ ਬਹਿ ਕੇ
ਤੁਹਾਨੂੰ ਆਪਣੇ ਆਪ ਹੀ ਇਹੋ ਜਿਹਾ ਆਤਮ ਆਨੰਦ ਆ ਜਾਂਦਾ, ਤੁਹਾਨੂੰ ਆਪਣੇ ਆਪ ਹੀ ਸੁਰਜੀ ਹੋ ਜਾਂਦੀ ਹੈ ਵੀ ਹਾਂ ਬਈ ਇਹ ਤਾਂ ਪਾਣੀ ਪੜ੍ਹਦੇ ਨੇ ਇੰਨੀ ਚੜ੍ਹਦੀ ਕਲਾ ਵੀ ਮੈਂ ਤਾਂ ਹੈ ਨਹੀਂ, ਤੁਹਾਨੂੰ ਸੈਲਫ ਰਿਕਨਾਈਜੇਸ਼ਨ ਹੋ ਜਾਂਦੀ ਹੈ ਵੀ ਮੇਰੀ ਆਹ ਗਲਤੀ ਹੈ ਠੀਕ ਕਰਨਾ। ਬਾਕੀ ਸਿੱਖਿਆ ਦੇ ਤੌਰ 'ਤੇ ਤਾਂ ਸਾਖੀਆਂ ਬਹੁਤ ਨੇ, ਜਿੰਨੀਆਂ ਮਰਜ਼ੀ ਪੜ੍ਹ ਲਓ, ਪਰ ਕੋਸ਼ਿਸ਼ ਕਰਨ ਦੀ ਬਹੁਤ ਜ਼ਰੂਰ ਹੈ। ਅਤੇ ਇਹਦੇ ਨਾਲ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡਾ ਹਥਿਆਰ ਦਿੱਤਾ ਹੈ ਬੇਨਤੀ ਦਾ, ਉਹ ਹੈਗਾ ਅਰਦਾਸ ਦਾ। ਸਿੱਖ ਦਾ ਫਰਜ਼ ਬਣਦਾ ਦੋਵੇਂ ਟਾਈਮ ਨਿਤਨੇਮ ਕਰਕੇ ਆਪਣੇ ਬਾਰੇ ਅਰਦਾਸ ਕਰੇ ਅਤੇ ਪੰਥ ਬਾਰੇ ਅਰਦਾਸ ਕਰੇ। ਹੁਣ ਇਹ ਸੋਚਣ ਦੀ ਲੋੜ ਹੈ ਕਿ ਜੇ ਅਸੀਂ ਪੰਥ ਦਾ ਭਲਾ ਭਾਲਦੇ ਹਾਂ ਗੁਰੂ ਸਾਹਿਬ ਖੁਸ਼ ਹੋ ਕੇ ਸਾਡਾ ਵੀ ਸੋਚਦੇ ਨੇ, ਇਹ ਸਾਰੇ ਪਰਿਵਾਰ ਦਾ ਭਰਾ ਭਾਲਦਾ। ਸੋ ਇਹ ਹੁੰਦੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਨੁਕਤੇ, ਪਰ ਇਹ ਜੇ ਧਿਆਨ ਨਾਲ ਕਰਾਂਗੇ ਇਹਦਾ ਡੂੰਘਾ ਅਸਰ ਬੜਾ। ਅਰਦਾਸ ਸੱਚੇ ਪਾਤਸ਼ਾਹ ਨੇ ਜੁਗਤੀ ਦੱਸੀ ਹੈ ਕਿ ਜੁਗਤੀ ਦਾ ਸਹਾਰਾ ਲਓ ਫਿਰ ਆਪਣੀ ਟਰਾਈ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਰਮ ਹੋ ਰਿਹਾ ਕਹਿੰਦੀ ਸੀ ਕਿ ਜੇ ਸਾਨੂੰ ਪਤਾ ਲੱਗ ਜਾਵੇ ਕਿ ਗਲਤੀ ਅਸੀਂ ਕਰ ਰਹੀ ਹੈ ਤਾਂ ਅਸੀਂ ਕਿਵੇਂ ਆਉਣਾ। ਜਿੱਦਾਂ ਆਪਾਂ ਗੱਡੀਆਂ 'ਚ ਆਉਂਦੇ ਹਾਂ ਅਤੇ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਗਲਤ ਐਗਜ਼ਿਟ ਲੈ ਰਹੇ ਹਾਂ ਜਾਂ ਗਲਤ ਪਾਸੇ ਚੱਲ ਗਏ ਜਾਂ, ਅਤੇ ਫਿਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਕਿਤੇ ਜਾ ਕੇ ਯੂ ਟਰਨ ਮਾਰਦੇ ਹਾਂ, ਠੀਕ ਹੈ। ਅਤੇ ਯੂ ਟਰਨ ਮਾਰਨ ਲਈ ਮੈਂ ਤੁਹਾਨੂੰ ਇੱਕ ਵਾਰੀ ਮੈਂ ਕਿਸੇ ਨਾਲ ਗੱਲ ਕਰਦਾ ਸੀ ਕਿ ਜਿੰਨੀ ਗੱਡੀ ਛੋਟੀ ਹੋਊਗੀ ਉਨਾ ਛੇਤੀ ਵੱਜ ਜਾਂਦਾ ਯੂ ਟਰਨ, ਕਿਉਂਕਿ ਅਸੀਂ ਮੈਂ ਬਟ ਟਰੱਕ ਚਲਾਉਂਦਾ 53 ਫੀਟ ਲੰਬਾ। ਇੱਕ ਵਾਰੀ ਕਿ ਮੈਂ ਗਲਤ ਚਲਾ ਗਿਆ ਕਿ ਪਤਾ ਨਹੀਂ ਕਿੰਨੇ 26 ਮੀਲ ਤੱਕ ਮੈਂ ਇਹ ਰਾਹ ਲੱਭਦਾ ਰਿਹਾ ਕਿ ਮੈਨੂੰ ਯੂ ਟਰਨ ਮਾਰਨ ਦੀ ਜਗ੍ਹਾ ਮਿਲ ਜਾਵੇ, ਅਤੇ ਉਹ ਮੈਨੂੰ ਜਗ੍ਹਾ ਨਹੀਂ ਮਿਲੀ। ਅਤੇ ਇਹਦਾ ਜਿਹੜੀ ਛੋਟੀ ਗੱਡੀ ਹੁੰਦੀ ਹੈ ਤੁਸੀਂ ਅਗਲੇ ਐਗਜ਼ਿਟ ਤੋਂ ਦੁਬਾਰਾ ਲੈ ਦਿੰਦੇ ਹੋ। ਮੀਨਿੰਗ ਕੀ ਹੈ ਕਿ ਜਿੰਨੀ ਤੁਹਾਡੀ ਹੋਮ ਹੈ ਛੋਟੀ ਹੈ ਓਨਾ ਹੀ ਤੁਸੀਂ ਛੇਤੀ ਮੁੜਿਆ ਹੋਊਗਾ। ਜੇ ਤੁਹਾਡੀ ਹੋਮ ਹੈ ਵੱਡੀ ਲੰਬੀ ਹੈ ਫਿਰ ਤੁਸੀਂ ਛੇਤੀ ਮੁੜਦੇ, ਠੀਕ ਹੈ। ਨੰਬਰ ਇੱਕ ਤਾਂ ਇਹ ਹੈ ਕਿ ਆਪਣੀ ਹੋਮ ਹੈ ਛੋਟੀ ਰੱਖੋ, ਅਤੇ ਜਿੱਥੇ ਵੀ ਪਤਾ ਲੱਗਾ ਕਿ ਗਲਤ ਆ ਇਮੀਜੀਏਟ ਯੂ ਟਰਨ ਵਾਲੀ ਜਗ੍ਹਾ ਲੱਭੋ ਕਿ ਮੈਂ ਮੁੜ ਜਾਣਾ ਇੱਥੋਂ, ਮੈਂ ਗਲਤ ਪਾਸੇ ਚਲਾਂਗੀ, ਠੀਕ ਹੈ। ਇਹ ਪਰ ਗਲਤ ਪਾਸੇ ਇਹਨਾਂ ਨੇ ਤੁਹਾਨੂੰ ਖਿੱਚਿਆ ਹੁੰਦਾ ਉਹ ਛੱਡਦੇ ਨਹੀਂ ਹੁੰਦੇ, ਪਰ ਤੁਸੀਂ ਆਪਣੇ ਪਾਵਰ ਲਾਉਣੀ ਹੈ। ਦੂਜੀ ਗੱਲ ਇਹ ਹੈ ਕਿ ਗੁਰੂ ਕੋਲ ਪੇਸ਼ ਹੋ ਜਾਓ ਜੇ ਤੁਸੀਂ ਬੱਜਰ ਕਰੈਕ ਕਰ ਲਈ ਹੈ, ਅਤੇ ਇਮੀਜੀਏਟ ਜਿਹੜਾ ਆਪਣੇ ਕੋਲ ਅੰਮ੍ਰਿਤ ਸੰਚਾਰ ਆਊਗਾ ਉਹਦੇ 'ਤੇ ਜਿੰਨੀ ਜਲਦੀ ਹੋ ਸਕਦਾ ਉਹਦੇ 'ਤੇ ਤੁਸੀਂ ਪੇਸ਼ ਹੋ ਜਾਓ, ਕਿਉਂਕਿ ਨੇੜੇ ਨੇੜੇ ਹੋਇਆ ਛੇਤੀ ਹੁੰਦਾ ਫਿਰ ਇਹ ਮਨ ਹੁੰਦਾ ਆ, ਜਿੰਨਾ ਲੰਮਾ ਟਾਈਮ ਪੈ ਜਾਂਦਾ ਇਹ ਫਿਰ ਆਲਸੀ ਜਿਹਾ ਹੋ ਜਾਂਦਾ ਕਿ ਹੈਗਾ ਤਾਂ ਹੈਗਾ ਹੀ ਆ, ਕੋਈ ਗੱਲ ਨਹੀਂ ਮੈਂ ਤਾਂ ਹੈਗਾ ਹੀ ਹਾਂ। ਤਾਂ ਇਹਦਾ ਬਹੁਤ ਜ਼ਰੂਰੀ ਆ ਕਿ ਜਿੰਨੀ ਜਲਦੀ ਤੁਹਾਨੂੰ ਪਤਾ ਲੱਗ ਜਾਵੇ ਕਿ ਮੈਂ ਵੱਡੀ ਗਲਤੀ ਕੀਤੀ ਹੈ ਤਾਂ ਅੰਮ੍ਰਿਤ ਸੰਚਾਰ ਵਿੱਚ ਪੇਸ਼ ਆਓ ਔਰ ਨਿਸ਼ਚਿੰਤ ਹੋ ਕੇ ਆਪਣੀ ਗੱਲ ਗੁਰੂ ਸਾਹਿਬ ਨੂੰ ਦੱਸੋ ਕਿ ਮੇਰੇ ਕੋਲ ਹੋ ਗਈ ਹੈ। ਇਹ ਇੰਨਾ ਡਰਨ ਦੀ ਨਹੀਂ ਲੋੜ ਹੁੰਦੀ ਕਿ ਗੁਰੂ ਸਾਹਿਬ ਬਹੁਤ ਦਿਆਲ ਹੈ। ਅਤੇ ਆਪਾਂ ਬਹੁਤ ਵਾਰੀ ਕੀ ਕਰਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਗੁਰੂ ਸਾਹਿਬ ਨੇ ਤਾਂ ਮੈਨੂੰ ਮਾਫ਼ ਨਹੀਂ ਕਰਨਾ ਅਤੇ ਮੈਂ ਹੁਣ ਕੀ ਜਾਣਾ, ਹੈ ਨਾ। ਇੱਦਾਂ ਕਦੀ ਵੀ ਨਹੀਂ ਸੋਚਣਾ ਲਾਈਫ ਵਿੱਚ। ਗੁਰੂ ਸਾਹਿਬ ਬਹੁਤ ਹੀ ਦਿਆਲ ਨੇ, ਬਹੁਤ ਜ਼ਿਆਦਾ ਦਿਆਲ ਨੇ ਕਿ ਤੁਸੀਂ ਕਿੱਡਾ ਵੀ ਵੱਡਾ ਪਾਪ ਕੀਤਾ ਹੋਵੇ ਇੱਕ ਵਾਰੀ ਕਹਿ ਦਿਓ ਕਿ ਮਹਾਰਾਜ ਮੇਰੇ ਤੋਂ ਇਹ ਗਲਤੀ ਹੋ ਗਈ, ਅਤੇ ਇੰਨਾ ਹੋਵੇ ਕਿ ਪਛਤਾਵਾ ਹੋਵੇ ਕਿ ਮੈਂ ਦੁਬਾਰਾ ਨਹੀਂ ਕਰਨਾ, ਇਹਦੇ ਵਿੱਚ ਬਨਾਵਟ ਨਾ ਹੋਵੇ, ਪਖੰਡ ਨਾ ਹੋਵੇ, ਤਾਂ ਸਤਿਗੁਰੂ ਜੀ ਇੱਕ ਪਲ ਵੀ ਨਹੀਂ ਲਾਉਂਦੇ ਝਟੇ। ਈਵਨ ਇੱਥੇ ਤੱਕ ਵੀ ਹੋਇਆ ਕਿ ਕਈ ਬੰਦਿਆਂ ਨੇ ਮਰਡਰ ਕਰ ਦਿੱਤਾ, ਮਰਡਰ ਕਰਕੇ ਗੁਰੂ ਸਾਹਿਬ ਕੋਲ ਪੇਸ਼ ਹੋ ਗਏ, ਅਤੇ ਗੁਰੂ ਸਾਹਿਬ ਜਿੱਦਾਂ ਪੰਜਾਂ ਪਿਆਰਿਆਂ ਕੋਲ ਤਾਂ ਪੰਜਾਂ ਪਿਆਰਿਆਂ ਨੇ ਉਹਨਾਂ ਦਾ ਉਹ ਵੀ ਮਰਡਰ ਵੀ ਮਾਫ਼ ਕਰ ਦਿੱਤਾ। ਇਹ ਆਮ ਸੰਸਾਰੀ ਅਦਾਲਤਾਂ ਨਹੀਂ ਕਰ ਸਕਦੀਆਂ ਅੱਜ ਕੱਲ੍ਹ, ਅਤੇ ਗੁਰੂ ਸਾਹਿਬ ਜੀ ਨੇ ਇਹ ਵੀ ਕਰ ਦਿੰਦੇ ਆ। ਤਾਂ ਪਰ ਗੱਲ ਇਹ ਹੈ ਕਿ ਮੰਨਣਾ ਪੈਣਾ ਕਿ ਮੈਂ ਗਲਤੀ ਕੀਤੀ ਹੈ, ਅਤੇ ਇਹ ਵੀ ਮੰਨਣਾ ਪੈਣਾ ਕਿ ਮੈਂ ਦੁਬਾਰਾ ਨਹੀਂ ਕਰਨੀ, ਕਿਉਂਕਿ ਆਹ ਲਾਈਫ ਬੜੀ ਛੋਟੀ ਹੈ ਔਰ ਇਸ ਲਾਈਫ ਵਿੱਚ ਅਸੀਂ ਜੇ ਆਪਣਾ ਮੁੱਖ ਸੁਰਖ ਨੂੰ ਲੈ ਕੇ ਚਲੇ ਗਏ ਤਾਂ ਸਾਡਾ ਸਦਾ ਸਦਾ ਵਾਸਤੇ ਆਨੰਦ ਹੈ। ਜੇ ਇਸ ਲਾਈਫ ਨੂੰ ਅਸੀਂ ਵੇਸਟ ਕਰਕੇ ਚਲੇ ਗਏ ਬਹੁਤ ਲੰਬੇ ਦੁੱਖ ਨੇ, ਬੜੀ ਲੰਬੀ ਸਾਡੀ ਜਿਹੜੀ ਸੋਲ ਹੈ ਇਟ ਨੈਵਰ ਡਾਈਜ, ਕਦੀ ਵੀ ਮਰਦੀ ਨਹੀਂ ਗੀ, ਅਤੇ ਇਹ ਹਮੇਸ਼ਾ ਹੀ 1 ਜੂਨ ਤੋਂ ਬਾਅਦ 2 ਜੂਨ, 2 ਜੂਨ ਤੋਂ ਬਾਅਦ 3 ਜੂਨ ਔਰ ਮੁੱਕਦੀਆਂ ਨੇਗੀਆਂ। ਅਤੇ ਪਹਿਲਾਂ ਤਾਂ ਇਹ ਜੂਨਾਂ ਵਾਲੇ ਅੜੀਕਦੇ ਰਹਿੰਦੇ ਕਿ ਕਦੋਂ ਸਾਨੂੰ ਮਨੁੱਖ ਜੂਨ ਮਿਲੂਗੀ, ਤਾਂ ਉਹ
ਇਦਾਂ ਸਾਰੀਆਂ ਜੂਨਾਂ ਵਿੱਚ ਤਰਸਦੇ ਇੱਕ ਗੁਰਮੁਖ ਪਿਆਰਿਆਂ ਦੀ ਗੱਲ ਸੀ ਕਿ ਉਹਨਾਂ ਨੂੰ ਯਾਦ ਹੈ ਜਦੋਂ ਉਹ ਇੱਕ ਲਿਜ਼ਰਡ ਸੀ ਜਿੱਦਾਂ ਕਿਰਲੀ ਹੁੰਦੀ ਹੈ ਤਾਂ ਉਹ ਖੇਤਾਂ ਵਿੱਚ ਤੁਰੇ ਫਿਰਦੇ ਸੀਗੇ ਤਾਂ ਉਹਨਾਂ ਨੂੰ ਉੱਥੋਂ ਦੇ ਊਠ ਲੰਘ ਰਹੇ ਸੀਗੇ ਤਾਂ ਕਹਿੰਦੇ ਕਿ ਊਠਾਂ ਤੋਂ ਉਹਨੇ ਬਚਣ ਦੀ ਕੋਸ਼ਿਸ਼ ਕੀਤੀ ਕਿ ਮੇਰੇ 'ਤੇ ਊਠ ਦਾ ਕਿਸੇ ਦਾ ਪੈਰ ਨਾ ਜਾਵੇ ਪਰ ਉਹ ਬਚਦੇ ਬਚਦੇ ਇੰਨੇ ਊਠ ਸੀਗੇ ਕਿਸੇ ਦਾ ਪੈਰ ਉਹਦੇ 'ਤੇ ਆ ਗਿਆ ਅਤੇ ਉਹ ਉਹਦਾ ਪਿਛਲਾ ਪਾਸਾ ਕੱਟ ਹੋ ਗਿਆ ਜਿੱਦਾਂ ਅੱਧਾ ਪਾਸਾ ਟੁੱਟ ਗਿਆ ਅੱਧਾ ਪਾਸਾ ਰਹਿ ਗਿਆ ਔਰ ਕਹਿੰਦੇ ਕਿ ਇੰਨਾ ਦੁੱਖ ਸੀ ਉਸ ਤੋਂ ਬਾਅਦ ਮੇਰੀ ਲਾਈਫ ਵਿੱਚ ਜਦ ਤੱਕ ਮੈਂ ਮਰਿਆ ਨਹੀਂ ਕਿਉਂਕਿ ਉੱਥੇ ਕੋਈ ਡਾਕਟਰ ਨਹੀਂ ਹੈ ਕੋਈ ਸਰਜਰੀ ਨਹੀਂ ਹੈ ਕੁਛ ਵੀ ਨਹੀਂ ਜੂਨਾਂ ਵਿੱਚ ਉਹ ਜਦ ਤੱਕ ਮਰਦੇ ਨੇਗੇ ਦੇ ਹੈਵ ਟੂ ਫੇਸ ਬਹੁਤ ਵੱਡੇ ਦੁੱਖ ਠੀਕ ਹੈ ਇਸ ਕਰਕੇ ਉਹ ਦੁੱਖ ਅਸੀਂ ਸਹਿਣੇ ਨਹੀਂ ਗਏ ਸਾਨੂੰ ਅਸੀਂ ਸਹਿ ਹੋਏ ਹਾਂ ਔਲਰੇਡੀ ਪਰ ਸਾਨੂੰ ਭੁੱਲ ਗਏ ਦਿਸ ਇਜ਼ ਦਾ ਮਿਸ ਇਹ ਸਾਡੀ ਇੱਕ ਬਹੁਤ ਵੱਡਾ ਦੁਖਾਂਤ ਹੈ ਸਾਡੇ ਨਾਲ ਕਿ ਸਾਨੂੰ ਸਭ ਕੁਛ ਹੀ ਭੁੱਲ ਗਿਆ ਈਵਨ ਅਸੀਂ ਜਦੋਂ ਇੱਥੇ ਜਨਮ ਰਿਹਾ ਬੋਰਨ ਹੋਏ ਸੀ ਇੱਕ ਦਿਨ ਦੇ ਦੋ ਦਿਨ ਦੇ ਪੰਜ ਦਿਨ ਦੇ ਛੇ ਮਹੀਨੇ ਤੱਕ ਸਾਲ ਤੱਕ ਵੀ ਨਹੀਂ ਸਾਨੂੰ ਯਾਦ ਕਿ ਸਾਨੂੰ ਕਿਹਨੇ ਚੱਕਿਆ ਸੀ ਕਿਹਨੇ ਕੀ ਹੋਇਆ ਸੀਗਾ ਅਤੇ ਸਾਨੂੰ ਪਿਛਲੇ ਜਨਮ ਦਾ ਕੀ ਜਾਣ ਦਾ ਹੁੰਦੇ ਸਾਨੂੰ ਇਸ ਜਨਮ ਦਾ ਵੀ ਨਹੀਂ ਜਾਣ ਅਸੀਂ ਮਾਤਾ ਦੇ ਗਰਭ ਵਿੱਚ ਸੀਗੇ ਉਹ ਵੀ ਨਹੀਂ ਜਾਣ ਸਾਨੂੰ ਠੀਕ ਹੈ ਇਹ ਸਾਡਾ ਦੁਕਾਨ ਹੈ ਕਿ ਸਾਨੂੰ ਭੁੱਲ ਜਾਂਦਾ ਸਿਰਫ ਅਤੇ ਸਿਰਫ ਗੁਰੂ ਸਾਹਿਬ ਸਾਨੂੰ ਯਾਦ ਕਰਾਉਂਦੇ ਆ ਕਿ ਤੁਸੀਂ ਇੱਦਾਂ ਸੀਗੇ ਇੱਦਾਂ ਰਹੇ ਨੌ ਮਹੀਨੇ ਤੁਸੀਂ ਬਹੁਤ ਮਿਹਨਤਾਂ ਕੀਤੀਆਂ ਗਰਭ ਵਿੱਚ ਕਿ ਅਸੀਂ ਬਾਹਰ ਆ ਜਾਈਏ ਇਹ ਸਾਰਾ ਕੁਛ ਗੁਰੂ ਸਾਹਿਬ ਹੀ ਦੱਸ ਸਕਦੇ ਸੀਗੇ ਉਹਨਾਂ ਨੂੰ ਪਤਾ ਹੈ ਸਾਰਾ ਕੁਛ ਹੋਰ ਕਿਸੇ ਨੇ ਨਹੀਂ ਇਹ ਗੱਲ ਦੱਸੀ ਇਸ ਕਰਕੇ ਜਿਹੜਾ ਕਿਹੜਾ ਕੁਸ਼ਚਨ ਭੁੱਲ ਗਿਆ ਹਾਂ ਗੱਲ ਸੁਣਾ ਕੇ ਜਦੋਂ ਵੀ ਚੱਲੇ ਹੋ ਅਤੇ ਉਦੋਂ ਜਲਦੀ ਤੋਂ ਜਲਦੀ ਵਾਪਸ ਆ ਜਾਓ ਮੇਰੇ ਕੋਲ ਕੜਾ ਭੁੱਲਾਂ ਚੱਕਾ ਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ